ਤਲਵੰਡੀ ਭਾਈ ਤੋਂ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਬਲਜੀਤ ਸਿੰਘ ਬਰਾੜ ਦੀ ਦੜੇ ਸੱਟੇ ਦਾ ਮਹੀਨਾ ਮੰਗਦੇ ਦੀ ਆਡੀਓ ਵਾਇਰਲ ਹੋਈ ਹੈ, ਜਿਸ ਵਿੱਚ ਬਲਜੀਤ ਸਿੰਘ ਬਰਾੜ ਦੜੇ ਸੱਟੇ ਦਾ ਕੰਮ ਕਰਨ ਵਾਲੇ ਤੋਂ ਸ਼ਰੇਆਮ 15,000 ਰੁਪਏ ਮਹੀਨਾ ਮੰਗ ਰਿਹਾ ਅਤੇ ਨਾ ਦੇਣ ਦੀ ਸੂਰਤ ਵਿੱਚ ਉਸ 'ਤੇ ਝੂਠਾ ਕੇਸ ਪਵਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ। ਆਓ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਤਲਵੰਡੀ ਭਾਈ ਦੇ ਕਾਂਗਰਸੀ ਮੀਤ ਪ੍ਰਧਾਨ ਦੀ ਇਹ ਆਡੀਓ। ਹੈਲੋ ਅਲ ਕਾਲ ਕਰ ਲਾ ਭਾਪੀ ਨਾ ਕੰਤੇ। ਹਾਂਜੀ ਅਲ ਕਾਲ ਗੱਲ ਹਾਂ ਕੰਤੇ ਕਿਵੇਂ? ਠੀਕ ਹੈ ਬਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਉਹ ਯਾਰ ਕੀ ਗੱਲ ਆ, ਤੂੰ ਸਾਡੇ ਨਾਲ ਮਖੌਲ ਕਰਦਾ? ਇੰਨੀ ਪਰਚੀ ਤੇਰੇ ਕੋਲ ਸਾਰੀ ਆਈ ਜਾਂਦੀ, ਸਾਰਿਆਂ ਦੇ ਕੰਮ ਆਉਂਦਾ, ਤੂੰ ਕੱਲਾ ਚਲਾਈ ਜਾਂਦਾ। ਕਾਲੀ ਹੋ ਬਾਈ ਗੱਲ ਸੁਣ, ਤੁਹਾਡੇ ਯਾਰ ਮੈਂ ਉੱਡਦਾ ਤੇ ਕਿਉਂ ਮੇਰੇ ਨਾਲ ਆਇਆ? ਆਹਰੇ ਮੇਰੀ ਗੱਲ ਕੀ ਆ ਰਹਾ, ਤੂੰ ਸਾਨੂੰ ਦਿੰਦਾ 15,000 ਰੁਪਇਆ ਮਹੀਨਾ ਲੈਣਾ, ਜੇ ਚਾਹੁੰਦਾ ਤਾਂ ਨਹੀਂ ਮੈਂ ਤੇਰਾ ਬਿਲਕੁਲ ਫੋਨ ਜੇ ਭੰਨ ਦੇਣੇ ਤੇਰੇ ਫੜ ਕੇ। ਮੈਂ ਕਿਸੇ ਦਾ ਨਹੀਂ ਕਰਾਇਆ, ਸਾਰੇ ਆਪਦੇ ਪੱਕੇ ਨਹੀਂ ਲੈਣਾ ਨਹੀਂ ਮੈਂ ਕਿਹੜੀ ਕੋਈ ਚੱਲਿਆ ਤੇ ਮੈਂ ਤੇਰਾ ਕੰਮ ਬੰਦ ਕਰਾਉਂਗਾ। ਨਹੀਂ ਮੇਰਾ ਗੱਲ ਸੁਣੋ, ਮੇਰੇ ਆਪ ਫਿਰ ਮਹੀਨੇ ਦਾ ਬੰਦ ਕਰ ਦੂੰਗਾ, ਮੇਰਾ ਮਹੀਨਾ ਦਾ ਹੁਣ ਕਰਾਓ ਨਾ, ਮੈਂ ਮਹੀਨੇ ਦੇ ਪੈਸੇ ਦੇ ਦਿੰਦੀ। ਮਹੀਨਾ ਉਹ ਨਾ ਕੋਈ ਜਿਹੜਾ ਅਰਬੀ ਦੇ ਜਾ ਤੇ ਚਲਾ ਲਾ, ਨਹੀਂ ਮੈਂ ਅੱਜ ਤਾਂ ਬੰਦ ਤੇਰਾ ਤੇ ਮੈਂ ਅੰਦਰ ਕੇ ਡੇਟ ਕਰਦਾ ਤੇ ਅੱਜ ਡੇਟ ਕਰਾਉਣਾ ਹੈ। ਜਿਹੜੇ ਮੇਰੇ ਆ ਗਏ ਆ ਨਾ ਪੈਸੇ, ਮਹੀਨਾ ਮੇਰਾ ਮਹੀਨਾ ਲਾ ਦੇ ਯਾਰ। ਮਹੀਨੇ ਦਿੱਤਾ ਤੂੰ ਆ ਮੁੰਡੇ ਤੇਰੇ ਨੂੰ ਦਿੱਤੇ ਆ? ਕਿੰਨੇ ਦਿੱਤੇ? ਮੈਂ ਥੋੜੀ ਬੰਦ ਕਰਾਉਣਾ, ਆਪ ਕਰਦੇ ਆ ਖਰਚੇ ਕਰਦਾ ਹੈ। ਕੌਣ ਤੂੰ ਕੀ ਲਾਉਣਾ ਜਲਹੋਟਾ? ਉਹ ਤਾਂ ਹੁਣ ਤੁਹਾਡੇ ਨਾਲ ਆਸਰੇ ਕਰੀ ਜਾਣੇ, ਹੋਰ ਅਸੀਂ ਕਹਿੰਦੇ ਆਸਰੇ ਕਰਨੇ ਆ। ਜਿਹੜੀ ਮੂਵੀ ਬਣਾਈ ਆ ਸਾਰੀ ਐ ਨਾ ਗਈ ਕੱਲ ਦੀ। ਚੱਲ ਕੋਈ ਨੀ ਫਿਰ ਬਣਾਈ ਆ ਤੇ ਬਾਈ, ਚੱਲ ਕੋਈ ਗੱਲ ਨੀ ਫਿਰ। ਚੱਲ ਠੀਕ ਹੈ, ਚੰਗਾ ਫਿਰ, ਕੋਈ ਤਾਂ ਕੋਈ ਨਹੀਂ। ਠੀਕ ਹੈ, ਤੈਨੂੰ ਦੱਸਾਂਗਾ ਫਿਰ ਹੁਣ ਚਾਹੀ ਤੂੰ ਹੁਣ। ਠੀਕ ਹੈ। ਬਲਜੀਤ ਸਿੰਘ ਬਰਾੜ ਦੇ ਬੇਟੇ ਵੱਲੋਂ ਵੀ ਦੜੇ ਸੱਟੇ ਦਾ ਕੰਮ ਕਰਨ ਵਾਲੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਹੈਲੋ ਹੈਲੋ ਕੰਤੇ, ਕਿਵੇਂ ਆ? ਠੀਕ ਆ ਮੈਂ ਬ੍ਰਿਲੀਅੰਟ ਬੋਲਦਾ। ਮੈਂ ਯਾਰ ਨਾ ਐਮਰਜੈਂਸੀ ਕੰਮ ਪੈ ਗਿਆ, ਕੱਲ ਨੂੰ ਮੈਂ ਚੰਡੀਗੜ੍ਹ ਜਾਣਾ, ਬਹੁਤ ਜ਼ਰੂਰੀ ਕੰਮ ਪੈ ਗਿਆ। ਯਾਰ ਜੇ ਮੈਨੂੰ ਪੈਸੇ ਪਹਿਲਾਂ ਦੇ ਦੇਣੇ ਯਾਰ, ਬੜਾ ਹੱਥ ਕੱਲ ਪੂਰੇ ਪੈਸੇ ਮੈਂ ਲਿਆ ਦੇਣੀ, ਮੈਨੂੰ ਨੀ ਪਤਾ ਵੀ ਛੁੱਟੀ ਹੋ ਜਾਣੀ। ਹੋਰ ਗਿਆ ਹੱਥ ਵਰ ਗਿਆ, ਤੂੰ ਤਾਂ ਇੱਥੇ ਹੀ ਆ।
ਭਾਂਗਰ ਭੋਗ ਤੇ ਗਈ ਉਦੋਂ ਮੇਰੀ ਗੱਲ ਤਾਂ ਹੁਣ ਯਾਰ ਹੱਥ ਨੇ ਕਰਕੇ ਦੇ ਮੇਰਾ ਕੰਮ ਜਰੂਰੀ ਆ ਯਾਰ ਫੋਨ ਤੇ ਮਿਲ ਰਹੀਆਂ ਇਹਨਾਂ ਧਮਕੀਆਂ ਤੋਂ ਬਾਅਦ ਦੜੇ ਸੱਟੇ ਦਾ ਕੰਮ ਕਰਨ ਵਾਲਾ ਵਿਅਕਤੀ ਕਾਫੀ ਪਰੇਸ਼ਾਨ ਦਿਖਾਈ ਦੇ ਰਿਹਾ ਅਤੇ ਉਸ ਨੇ ਇਸ ਦੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਹ ਜੀ ਗੁਰਜੰਟ ਸਿੰਘ ਬਰਾੜ, ਠੀਕ ਹੈ ਜੀ, ਸਨ ਆਫ ਬਲਜੀਤ ਸਿੰਘ ਬਰਾੜ, ਠੀਕ ਹੈ ਜੀ। ਮੈਂ ਰਾਤ ਨੂੰ ਘੰਟਾ ਦੋ ਘੰਟੇ ਪਰਚੀ ਦਾ ਕੰਮ ਕਰਦਾ ਸੀ, ਠੀਕ ਹੈ ਜੀ। ਇਹ ਬੰਦੇ ਆ ਕੇ ਮੈਨੂੰ ਅੱਜ ਤੋਂ ਕੋਈ ਸਾਲ ਪਹਿਲਾਂ ਕਹਿੰਦੇ ਵੀ ਅਸੀਂ ਤੁਹਾਨੂੰ ਕੰਮ ਨਹੀਂ ਕਰਨ ਦੇਣਾ, ਸਾਨੂੰ ਤੁਸੀਂ 500 ਰੁਪਈਆ ਰੋਜ਼ ਦਿਓ, ਠੀਕ ਹੈ ਜੀ। ਇਹਨਾਂ ਨਾਲ ਮੇਰਾ 2000 ਰੁਪਈਆ ਮਹੀਨੇ ਦਾ ਹੋ ਗਿਆ, ਠੀਕ ਹੈ। ਇਹ ਮੇਰੇ 2000 ਰੁਪਈਆ ਮਹੀਨਾ ਲੈ ਕੇ ਰਹੇ, ਠੀਕ। ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ 3000 ਰੁਪਈਆ ਮਹੀਨਾ ਕਰ ਲਿਆ, ਠੀਕ। ਉਸ ਤੋਂ ਬਾਅਦ ਜਦੋਂ ਦੇ SHO ਸਾਹਿਬ ਆਏ ਆ, ਇਹਨਾਂ ਨੇ ਸੱਦ ਕੇ ਕਹਿਤਾ ਵੀ ਕੰਮ ਬਿਲਕੁਲ ਨਹੀਂ ਕਰਨਾ, ਅਸੀਂ ਬਿਲਕੁਲ ਕੰਮ ਬੰਦ ਕਰਤਾ, ਠੀਕ। ਇਹ ਮੇਰੇ ਘਰ ਫਿਰ ਚੱਲ ਕੇ ਆਏ ਆ, ਇਹ ਕਹਿੰਦੇ ਤੂੰ 5000 ਰੁਪਈਆ ਵਿਆਹ ਕਰ, ਤੈਨੂੰ ਕੋਈ ਨਹੀਂ ਬੁਲਾਉਂਦਾ, ਠੀਕ। ਇਹਨਾਂ ਨੂੰ ਮੈਂ ਕਿਹਾ ਵੀ ਆਪਾਂ ਕੰਮ ਨਹੀਂ ਕਰਨਾ, ਜਦੋਂ SHO ਸਾਹਿਬ ਨੇ ਕਿਹਾ ਵੀ ਕੰਮ ਨਹੀਂ ਕਰਨਾ ਆਪਾਂ ਕੰਮ ਨਹੀਂ ਕਰਨਾ, ਠੀਕ। ਇਹਨਾਂ ਨੇ ਮੇਰੇ ਨਾਲ 3500 ਰੁਪਈਆ ਮਹੀਨੇ ਦਾ ਬਣ ਗਿਆ, ਠੀਕ। 3500 ਮੈਥੋਂ ਉਸ ਮਹੀਨੇ ਡਬਲ ਹੀ ਲੈ ਗਏ, ਠੀਕ। ਹੁਣ ਇਹ 3500 ਰੁਪਈਆ ਹਰ ਮਹੀਨੇ ਬਾਅਦ ਮੈਥੋਂ ਲੈ ਜਾਂਦੇ ਆ, ਹੁਣ ਕਹਿੰਦੇ 15000 ਰੁਪਈਆ ਮਹੀਨਾ ਲਵਾਂਗੇ, ਨਹੀਂ ਤਾਂ ਤੇਰੇ 'ਤੇ ਨਸ਼ੇ ਵਾਲੀਆਂ ਅਸੀਂ ਗੋਲੀਆਂ ਪਾਵਾਂਗੇ, ਠੀਕ। ਅਤੇ ਮੈਂ ਕਿਹਾ ਵੀ 15000 ਰੁਪਈਆ ਮਹੀਨੇ ਦਾ ਤਾਂ ਬਹੁਤ ਜ਼ਿਆਦਾ ਆ, ਠੀਕ ਹੈ। ਇੱਕ ਇਸ ਉਸ ਆਡੀਓ ਦੇ ਵਿੱਚ ਕੋਈ ਗੈਰੀ ਦਾ ਨਾਮ ਆ ਰਿਹਾ, ਗੈਰੀ ਕੌਣ ਆ? ਉਹ ਕਹਿੰਦਾ ਜੀ ਮੈਂ ਗੈਰੀ ਨੂੰ ਜਾ ਕੇ ਕਹੂੰਗਾ ਵੀ ਇਹ ਪਰਚੀ ਦਾ ਕੰਮ ਕਰਦਾ। ਗੈਰੀ ਕੌਣ ਆ? ਗੈਰੀ MLA ਦਾ ਨਾਮ ਲੈ ਰਿਹਾ ਹੋਣਾ, ਹੋਰ ਤਾਂ ਗੈਰੀ ਕੌਣ ਆ? ਠੀਕ ਹੈ ਜੀ। ਅਤੇ ਇੱਕ ਰੂਪਲਾਲ ਬੱਤਾ ਜੀ, ਉਹਨਾਂ ਇਹਨਾਂ ਦਾ ਕੋਈ ਕਿਸੇ ਦਾ ਰੋਲ ਨਹੀਂ ਜੀ, ਮੈਥੋਂ ਕੋਈ ਪੈਸਾ ਨਹੀਂ ਲੈਂਦਾ, ਸਿਰਫ ਸਾਰੇ ਕਾਂਗਰਸੀ ਲੀਡਰਾਂ ਦੇ ਵਿੱਚੋਂ ਇਕੱਲਾ ਪੈਸੇ ਮੈਥੋਂ ਲੈਂਦਾ। ਨਹੀਂ, ਉਸ ਵਿੱਚ ਬਲਜੀਤ ਬਰਾੜ ਕਹਿ ਰਿਹਾ ਕਿ ਤੂੰ ਰੂਪਲਾਲ ਨੂੰ ਪੈਸੇ ਦੇ ਰਿਹਾ, ਸਾਨੂੰ ਪੈਸੇ ਨਹੀਂ ਦੇ ਰਿਹਾ। ਉਹ ਗਲਤ ਕਹਿ ਰਿਹਾ, ਬਿਲਕੁਲ ਠੀਕ ਹੈ। ਆਪਾਂ ਤਾਂ ਜਿੱਥੇ ਕੋਈ ਮਰਜ਼ੀ ਲੈ ਰਹੇ, ਜਿਹੜੀ ਸੱਚਾਈ ਆਪਾਂ ਤੁਹਾਨੂੰ ਸੱਚਾਈ ਦੱਸ ਰਹੇ ਹਾਂ, ਠੀਕ ਹੈ। ਜਦੋਂ ਉਹਨੂੰ ਮੈਂ ਕਿਹਾ ਵੀ ਪੈਸੇ ਤੁਹਾਡੇ ਜ਼ਿਆਦੇ ਆ, ਇਹ ਕਹਿੰਦਾ ਮੇਰਾ 10 ਲੱਖ ਰੁਪਈਆ ਇਲੈਕਸ਼ਨ 'ਤੇ ਲਾਇਆ, ਠੀਕ। ਅਤੇ ਮੈਂ ਬਈ ਪੈਸੇ ਐਂ ਇਕੱਠੇ ਕਰਨੇ ਆ, ਮੈਂ ਮੰਡੀ ਦਾਣਾ ਮੰਡੀ ਵੀ ਗਿਆ, ਮੈਂ ਯੂਨੀਅਨ 'ਚ ਵੀ ਗਿਆ, ਮੈਂ ਗਾਂਜੇ ਵਾਲੇ ਕੋਲ ਵੀ ਗਿਆ, ਮੈਂ ਸਾਰਿਆਂ ਤੋਂ ਐਂ ਪੈਸੇ ਇਕੱਠੇ ਕਰਨੇ ਆ, ਠੀਕ। ਇਹ ਕਹਿੰਦਾ ਜੇ ਤੂੰ ਮੈਨੂੰ 15000 ਰੁਪਈਆ ਨਾ ਦਿੱਤਾ ਮਹੀਨੇ ਦਾ, ਅਤੇ ਮੈਂ ਤੇਰੇ 'ਤੇ ਗੋਲੀਆਂ ਪਾ ਕੇ ਤੇਰੇ 'ਤੇ ਪਰਚਾ ਕੱਢ ਦੂੰਗਾ। ਕੱਲ੍ਹ ਇਹਨਾਂ ਨੇ, ਇਹਦੇ ਮੁੰਡੇ ਨੇ, ਗੁਰਜੰਟ ਸਿੰਘ ਨੇ 4 ਮੁੰਡੇ ਨਾਲ ਲਿਆ ਕੇ ਮੇਰੇ ਮੁੰਡੇ ਤੋਂ ਮੋਬਾਈਲ ਖੋਲ੍ਹਿਆ, ਠੀਕ। ਮੇਰੇ ਜਿੰਨੇ ਜੀਬ 'ਚ ਪੈਸੇ ਸੀ ਉਹਦੀ 'ਚ ਉਹ ਸਾਰੇ ਖੋਲ੍ਹੇ, ਠੀਕ, ਅਤੇ ਕਾਪੀ ਖੋ ਕੇ ਲੈ ਗਏ, ਠੀਕ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਇਹ ਚਾਹੁੰਦੇ ਹਾਂ ਵੀ ਕੱਲ੍ਹ ਇਹਨੇ ਲੁੱਟ ਖੋਹ ਵਾਲਾ ਕੰਮ ਸਾਡੇ ਘਰੇ ਆ ਕੇ ਕੀਤਾ, ਠੀਕ, ਵੀ ਇਹਦੇ 'ਤੇ ਕਾਰਵਾਈ ਕੀਤੀ ਜਾਵੇ। ਮਾਮਲਾ ਪੁਲਿਸ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਹੁਣ ਪੁਲਿਸ ਸੱਟੇ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ। ਇਹ ਅੰਕੁਸ਼ ਸੰਦਲ ਇੱਕ ਮੁੰਡਾ ਹੈ ਜਿਹੜਾ ਕੁਲਵੰਤ ਰਾਏ ਦਾ ਸਾਨੂੰ ਕੰਪਲੇਂਟ ਦੇ ਕੇ ਗਿਆ। ਇਸ ਦੇ ਵਿੱਚ ਉਹਨੇ ਐਲੀਗੇਸ਼ਨ ਲਗਾਏ ਆ ਵੀ ਕੋਈ ਇੱਥੇ ਬਲਜੀਤ ਸਿੰਘ ਬਰਾੜ ਨਾਂ ਦਾ ਬੰਦਾ ਹੈ ਅਤੇ ਉਹਦਾ ਲੜਕਾ ਹੈ, ਉਹ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ, ਕੋਈ ਪੈਸੇ ਦੀ ਡਿਮਾਂਡ ਕਰਦਾ ਪਿਆ। ਜਿਹੜਾ ਕੁਲਵੰਤ ਰਾਏ ਆ, ਕੁਲਵੰਤ ਰਾਏ ਦੜੇ ਸੱਟੇ ਦਾ ਕੰਮ ਕਰਦਾ ਸੀਗਾ ਔਰ ਇਹਦੇ 'ਤੇ ਪਹਿਲਾਂ ਵੀ 1-2 ਪਰਚੇ ਦਰਜ ਹੈਗੇ ਆ। ਇਹ 8 ਤਰੀਕ ਨੂੰ ਵੀ ਅਸੀਂ FIR ਨੰਬਰ 32 ਦੇ ਖਿਲਾਫ਼ ਦਰਜ ਕੀਤੀ ਹੈ ਵੀ ਇਹ ਕੰਮ ਕਰਦਾ ਪਿਆ।
ਉਹਦੇ ਸੰਬੰਧ ਦੇ ਵਿੱਚ ਇੱਕ ਬਲਜੀਤ ਬਰਾੜ ਦੇ ਖਿਲਾਫ ਕੰਪਲੇਂਟ ਕੀਤੀ ਹੈ, ਜਿਹਦੇ ਵਿੱਚ ਉਹਨੇ ਕਿਹਾ ਕਿ ਇਹ ਮੇਰੇ ਤੋਂ ਪੈਸੇ ਦੀ ਡਿਮਾਂਡ ਕਰਦਾ ਹੈ। ਜੋ ਕੰਪਲੇਂਟ ਆਈ ਹੈ ਉਸਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ, ਜੋ ਵੀ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਸ ਕੀਤੀ ਹੈ। ਕਾਂਗਰਸ ਪਾਰਟੀ ਦੇ ਆਗੂਆਂ ਦੀਆਂ ਆ ਰਹੀਆਂ ਲਗਾਤਾਰ ਵੀਡੀਓਜ਼ ਇਹ ਸਾਬਤ ਕਰਦੀਆਂ ਨੇ ਕਿ ਕਾਂਗਰਸ ਵੱਲੋਂ ਸੂਬੇ 'ਚ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਕਿਤੇ ਨਾ ਕਿਤੇ ਕਾਂਗਰਸੀਆਂ ਦੇ ਸਿਰ 'ਤੇ ਸੱਤਾ ਦਾ ਨਿਸ਼ਾਨ ਜ਼ਰੂਰ ਸਵਾਰ ਹੈ। ਅਜਿਹੇ 'ਚ ਵੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਇਸ ਕਾਂਗਰਸੀ 'ਤੇ ਕੀ ਕਾਰਵਾਈ ਕਰਵਾਈ ਜਾਂਦੀ ਹੈ ਜਾਂ ਫਿਰ ਇਸ ਨੂੰ ਵੀ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਤਲਵੰਡੀ ਭਾਈ ਤੋਂ ਪਰਮਜੀਤ ਪੰਮਾ, ਪੰਜਾਬੀ ਲੋਕ ਚੈਨਲ। ਹੈਲੋ ਵਾਲਾ ਕਾਲ ਕਰ ਲਵਾ ਪੀਨਾ ਕੰਤੇ। ਹਾਂਜੀ ਅੱਲਾ ਕਾਲ ਗੱਲ ਹਾਂ ਕੰਤੇ ਕਿਵੇਂ? ਠੀਕ ਆ ਬਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਉਹ ਯਾਰ ਕੀ ਗੱਲ ਆ, ਤੂੰ ਸਾਡੇ ਨਾਲ ਮਖੌਲ ਕਰਦਾ? ਇੰਨੀ ਪਰਚੀ ਤੇਰੇ ਕੋਲ ਸਾਰੀ ਆਈ ਜਾਂਦੀ, ਸਾਰਿਆਂ ਦੇ ਕੰਮ ਆਉਂਦਾ, ਤੂੰ ਕੱਲਾ ਚਲਾਈ ਜਾਂਦਾ। ਕਾਲੀ ਹੋ ਗਈ ਭੈਣ ਜਲ ਮੈਂ ਕੰਮ ਚਲਾਈ ਬਾਈ ਗੱਲ ਸੁਣ, ਤੁਹਾਡੇ ਆਰੇ ਮੈਂ ਉੱਡਦਾ ਤੇ ਕਿਉਂ ਮਰਨ ਨਾਲ ਆਏ? ਆਹਰੇ ਮੇਰੀ ਗੱਲ ਕੀ ਆਹਰਾ, ਤੂੰ ਸਾਨੂੰ ਦਿਨਾ 15000 ਰੁਪਇਆ ਮਹੀਨਾ ਲੈਣਾ, ਜੇ ਚਾਹਵਾਂ ਤਾਂ ਨਹੀਂ ਮੈਂ ਤੇਰਾ ਬਿਲ ਕੋ ਫੋਨ ਜੇ ਭਾਂਦੇ ਨੇ ਤੇਰੇ ਫੜ ਕੇ ਮੈਂ ਕਿਸੇ ਦਾ ਨਹੀਂ ਕਰਾਇਆ ਸਾਰੇ ਆਪਦੇ ਪੱਕੇ ਹੋਣ ਤੂੰ ਮੈਨੂੰ ਦੱਸ ਕਿੰਨੇ ਦੇਣੇ ਆ ਮੈਂ 15000 ਤੋਂ ਘੱਟ ਨਹੀਂ ਲੈਣਾ ਨਹੀਂ ਮੈਂ ਕਿਹੜੀ ਕੋਈ ਚੱਲਿਆ ਤੇ ਮੈਂ ਤੇਰਾ ਕੰਮ ਬੰਦ ਕਰਾਊਂਗਾ ਜਿਹੜੇ ਮੇਰੇ ਆ ਗਏ ਆ ਨਾ ਪੈਸੇ, ਮਹੀਨਾ ਮੇਰਾ ਮਹੀਨਾ ਲਾ ਦਿੰਦਾ। ਤੂੰ ਆ ਮੁੰਡੇ ਤੇਰੇ ਨੂੰ ਦਿੱਤੇ ਆ ਖਰਚੇ ਬਹੁਤ ਪਈ ਜਾਂਦੇ, ਕੀ ਕਰੀਏ ਖਰਚੇ ਦੇਣ? ਮੈਂ 15000 ਕਦੋਂ ਵਾਲੂ ਲੈਣਾ, ਜੇ ਦੇਣਾ ਤਾਂ ਦੇਣ ਲਈ ਬੰਦ ਕਰ ਲਾ। ਮੈਂ ਸਾਰੇ ਉਹਨਾਂ ਨੇ ਬੰਦ ਸੁਣੂ, ਸਾਰੇ ਬੰਦ ਕਰਾਈ ਬੈਠਾ ਤੂੰ। ਮੈਂ ਥੋੜੀ ਬੰਦ ਕਰਾਉਣਾ, ਆਪ ਕਰਦੇ ਆ ਖਰਚੇ ਨੀ ਦੇਣੇ, ਸਾਰੇ ਬੰਦ ਕਰਾਏ ਮੈਂ, ਰੂ ਦੇ ਸਾਰੇ ਬੰਦ ਕਰਾਉਣੇ ਆ। ਚਲੋ ਕਰਾ ਦਿਓ ਫਿਰ ਬਾਈ, ਹੋਰ ਕੀ ਆ। ਹਾਂ ਤੂੰ ਦੇਣੇ ਕਿ ਨਹੀਂ ਦੇਣੇ ਦੱਸ, ਕਰਾ ਦਿਓ। ਮੈਂ ਤੇਰਾ ਮੋਬਾਈਲ ਨੰਬਰ ਤੇ ਬੰਦਾ ਮੈਂ ਲਾਉਂਗਾ, ਮੈਂ ਪੈਸੇ ਦਿੱਤੇ ਆ। ਮੈਂ ਹੁਣ ਫੋਨ ਲਾ ਕੇ ਤੁਹਾਨੂੰ ਤੇ ਤੇਰੇ ਦੇ ਫੋਨ ਬਹੂੰਗਾ, ਜਦ ਮੁਕਾਲੀ ਹੋ ਗਏ ਤੂੰ ਇਹ ਕੰਮ ਕਰਦਾ ਹੈ, ਤੁਹਾਨੂੰ ਬਦਨਾਮ ਕਰਨ ਨੂੰ ਕਰਦਾ ਹੈ। ਕਿਉਂ ਕਾਹਦੇ ਨਾਲ ਮੈਂ ਬਦਨਾਮ ਕਰਦਾ ਦੱਸ? ਉਹਦਾ ਤੂੰ ਵੇਖ ਲਾਉਣਾ ਨਹੀਂ ਤੇਰਾ ਦੱਸਦਾ ਹੈ ਚੱਲ ਕੋਈ ਨੀ ਫਿਰ ਬਣਾਈ ਤੇ ਬਾਈ, ਚੱਲ ਕੋਈ ਗੱਲ ਨੀ ਫਿਰ, ਚੱਲ ਠੀਕ ਹੈ ਚੰਗਾ ਫਿਰ, ਕੋਈ ਤਾਂ ਕੋਈ ਨਹੀਂ, ਠੀਕ ਹੈ ਤੈਨੂੰ ਦੱਸਾਂਗੇ ਹੁਣ ਫਿਰ, ਹੁਣ ਚਾਹੀ ਤੂੰ ਹੁਣ, ਠੀਕ ਹੈ।